ਉਹ ਲਾਸਿੰਗ ਸੰਘੇੜਾ ਦੀ ਕਹਾਣੀ ਸੰਭਾਲ ਲੈ ਮੈਨੂੰ ਦਾ ਅਗਲਾ ਹਿੱਸਾ ਸਾਰੇ ਜਣੇ ਚੁੱਪ ਵੱਟੀ ਬਿਟਰ-ਬਿਟਰ ਇੱਕ ਦੂਜੇ ਵੱਲ ਤੱਕਣ ਲੱਗੇ ਸਨ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਉਹ ਵਿੱਚ ਦੀ ਚੰਗੀਆਂ ਭਲੀਆਂ ਗੱਲਾਂ ਕਿਵੇਂ ਕਰ ਲੈਂਦਾ ਉਹ ਹੁਣ ਤਾਂ ਖੋਲ ਦਿਓ ਮੈਂ ਕੋਈ ਤਾਹਾਂ ਤੋਂ ਤਾਂ ਨਹੀਂ ਡਿੱਗਿਆ ਮੇਰੇ ਕੋਲ ਕੋਈ ਬੰਬ ਹੈ ਵੀ ਮੰਡੀ ਨੂੰ ਫੂਕ ਦੂੰ ਤੁਸੀਂ ਤੱਕਦੇ ਹੋ ਜਿਹੜੀ ਜੇਲ੍ਹ 'ਚ ਤੱਕਣਾ ਨਹੀਂ ਮਰਦਾ ਮੈਂ ਕੋਈ ਖੁਦਕੁਸ਼ੀ ਨਹੀਂ ਕਰਦਾ ਆਹੋ ਖੋਲਿਓ ਨਾ ਕੁਸਰ-ਮੁਸਰ ਹੁੰਦੀ ਦੇ ਕਿਸੇ ਨੇ ਹੌਲੀ ਦੇ ਕੇ ਕਿਹਾ ਸੀ ਲੈ ਬਾਈ ਜੀ ਵੀ ਆ ਗਏ ਕਿਸੇ ਨੇ ਸੱਜਣ ਸਿੰਘ ਬਾਈ ਨੂੰ ਆਉਂਦੇ ਤੱਕ ਆਖਿਆ ਸੀ ਪੂਰੇ ਸਫੈਦ ਬਾਣੇ ਤੇ ਹੱਥ ਚ ਖੁੰਡੀ ਲਈ ਉਹ ਵਿਹੜੇ 'ਚ ਹੋਏ ਇਕੱਠ ਵੱਲ ਫੇਰ ਵੀ ਜੀ ਨਜ਼ਰ ਮਾਰਦਾ ਹੌਲੀ-ਹੌਲੀ ਤੁਰਿਆ ਆ ਰਿਹਾ ਸੀ ਲੋਕ ਉਹਨੂੰ ਸੱਜਣ ਸਿੰਘ ਘੱਟ ਬਾਈ ਜੀ ਜਿਆਦਾ ਆਖਦੇ ਸੀ ਉਹਨੂੰ ਸੱਤ 'ਚੋਂ ਪੰਜੂ ਦੇ ਢਿੱਲਾ ਹੋਣ ਦੀ ਕੰਸੋ ਲੱਗੀ ਸੀ ਸੱਜਣ ਸਿੰਘ ਦਾ ਇਸ ਪਰਿਵਾਰ ਨਾਲ ਚੰਗਾ ਵਰਤ ਵਰਤਾਰਾ ਸੀ ਉਹ ਹਮੇਸ਼ਾ ਇਹਨਾਂ ਦੇ ਦੁੱਖ ਸੁੱਖ ਚ ਪਾਈਵਾਲ ਬਣਿਆ ਸੀ। ਇਸ ਪਰਿਵਾਰ ਦੇ ਰੋਮ ਰੋਮ ਤੋਂ ਬਾਖੂ ਵੀ ਵਾਕਫ ਸੀ। ਖਾਸ ਕਰ ਪੰਜਾਬ ਸਿਓ ਉਹਦਾ ਆਖਿਆ ਕਦੇ ਨਹੀਂ ਸੀ ਮੋੜਦਾ। ਹੁੰਜ ਵੀ ਪਿੰਡ ਵਿੱਚ ਸੱਜਣ ਸਿੰਘ ਦਾ ਬੇਹੱਦ ਸਤਕਾਰ ਸੀ। ਉਹ ਇਮਾਨਦਾਰ, ਸੱਚਾ, ਸੁੱਚਾ ਮੂੰਹ ਤੇ ਖਰੀ ਆਖਣ ਵਾਲਾ ਬੰਦਾ ਸੀ। ਪਿਛਲੇ ਤੋਂ ਪਿਛਲੇ ਸਾਲ ਜਦ ਪੰਜਾਬ ਸਿਓ ਬਿਮਾਰ ਹੋਇਆ ਸੀ, ਉਹਨੇ ਸੱਜਣ ਸਿੰਘ ਨੂੰ ਆਪਣੇ ਕੋਲੋਂ ਜ਼ਰਾ ਵੀ ਪਾਸੇ ਨਹੀਂ ਸੀ ਹੋਣ ਦਿੱਤਾ। ਜਿਵੇਂ ਸਾਰਾ ਭਰੋਸਾ ਉਹਨੇ ਤੇ ਹੀ ਹੋਵੇ। ਰਿਸ਼ਤੇਦਾਰ ਤੇ ਪਰਿਵਾਰ ਦੇ ਕਿਸੇ ਮੈਂਬਰ ਤੋਂ ਵੀ ਦਵਾਈ ਲੈਣ 'ਚ ਯਕੀਨ ਨਾ ਰੱਖਦਾ ਜਦ ਵੀ ਉਹ ਦਵਾਈ ਦੇਣ ਦੀ ਕੋਸ਼ਿਸ਼ ਕਰਦੇ ਜ਼ਹਿਰ ਜ਼ਹਿਰ ਆਖਦਾ ਨਾ ਨੁਕਰ ਕਰਨ ਲੱਗ ਜਾਂਦਾ ਪਰੰਤੂ ਸੱਜਣ ਸਿੰਘ ਅੱਗੇ ਤਾਂ ਦੋਵੇਂ ਹੱਥ ੱਡ ਕੇ ਆਖਦਾ ਬਾਈ ਜੀ ਤੂੰ ਤਾਂ ਭਾਵੇਂ ਹੱਥੀਂ ਵੀ ਉਹ ਦੇ ਦੇ ਉਹ ਵੀ ਖਾ ਜਾਉ ਲੈ ਬਈ ਰਸਤਾ ਦਿਓ ਬਾਈ ਜੀ ਨੇੜੇ ਆ ਗਏ ਭੀੜ 'ਚੋਂ ਕਿਸੇ ਨੇ ਸੱਜਣ ਸਿੰਘ ਦੇ ਨੇੜੇ ਆਉਣ ਤੇ ਕਿਹਾ ਸੀ ਬੈਠਕ 'ਚ ਆਉਣ ਤੋਂ ਪਹਿਲਾਂ ਬਾਈ ਜੀ ਨੇ ਇੱਕ ਫਿਕਰਮੰਦੀ ਭਰੀ ਨਜ਼ਰ 70 ਹੋਏ ਲੋਕਾਂ ਵੱਲ ਸੁੱਟੀ ਸੀ ਤੇ ਫਿਰ ਹੌਲੀ-ਹੌਲੀ ਬੋਲਿਆ ਸੀ ਤੁਸੀਂ ਭਾਈ ਲੋਕੋ ਕਿਉਂ ਤਮਾਸ਼ਾ ਬਣਾਇਆ ਫਿਰ ਚੁੱਪਚਾਪ ਸਾਰਿਆਂ ਵੱਲ ਵੇਖਣ ਲੱਗਿਆ ਸੀ ਸਾਰੇ ਇੱਕ ਦੂਜੇ ਵੱਲ ਤੱਕਣ ਲੱਗੇ ਸਨ ਉਹ ਦੁਬਾਰਾ ਫੇਰ ਸਮਝਾਉਣ ਲੱਗਿਆ ਸੀ ਜਾਓ ਆਪੋ ਆਪਣੇ ਘਰਾਂ ਨੂੰ ਸਿਆਣੇ ਬਣੀਦਾ ਜਾਓ ਜਾਓ ਜਿੰਨਾ ਚਿਰ ਸਾਰਾ ਵਿੜਾ ਖਾਲੀ ਨਾ ਹੋ ਗਿਆ ਸੱਜਣ ਸਿੰਘ ਉੱਥੇ ਹੀ ਖੜਾ ਰਿਹਾ ਹੁਣ ਘਰ ਚ ਪਰਿਵਾਰ ਦੇ ਮੈਂਬਰ ਸਨ ਜੋਇ ਸਿੰਘ ਸੱਜਣ ਸਿੰਘ ਬੈਠਕ ਅੰਦਰ ਦਾਖਲ ਹੋਇਆ ਪੰਜਾਬ ਸਿਓ ਕੋਲ ਖੜੇ ਬੰਦੇ ਪਿੱਛੇ हट ਗਏ ਸੀ ਉਹਦੇ ਆਉਣ ਨਾਲ ਜਿਵੇਂ ਉਹਨਾਂ ਨੂੰ ਵੀ ਕੋਈ ਤਰਵਾਸ ਮਿਲਿਆ ਹੋਵੇ ਜ਼ਿੰਮੇਵਾਰੀ ਤੋਂ ਕੁਝ ਹੌਲੇ ਹੋਏ ਹੋਣ ਬਾਈ ਜੀ ਨੇ ਉਹਨੂੰ ਬੜੇ ਗੌਰ ਨਾਲ ਦੇਖਿਆ ਸੀ ਸ਼ਾਇਦ ਉਹਦੀ ਹਾਲਤ ਦਾ ਜਾਇਜ਼ਾ ਲੈ ਰਿਹਾ ਸੀ ਉਹ ਨਹੀਂ ਭੱਜਦਾ ਮੈਂ ਖੋਲੋ ਯਾਰ ਸੋਹ ਬਾਬੇ ਨਾਨਕ ਦੀ ਉਹਨੇ ਕੰਧ ਤੇ ਲਟਕਦੀ ਤਸਵੀਰ ਵੱਲ ਮੂੰਹ ਠਾਉਂਦੇ ਹੋਏ ਇੱਕ ਤਰਲਾ ਜਿਹਾ ਕੀਤਾ ਸੀ ਦੋ ਬਲਦਾਂ ਦਾ ਹਲਵਾਉਂਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਤਸਵੀਰ ਉਸੇ ਨੇ ਪਿਛਲੇ ਸਾਲ ਦੁਸਹਿਰੇ ਤੇ ਮੇਲੇ ਤੋਂ ਖਰੀਦੀ ਸੀ ਦੁਕਾਨ ਦੇ ਬਾਹਰ ਤਰ੍ਹਾਂ-ਤਰ੍ਹਾਂ ਦੀਆਂ ਲਟਕਾਈਆਂ ਤਸਵੀਰਾਂ 'ਚੋਂ ਉਹਨੇ ਇਹ ਤੇ ਉਂਗਲ ਰੱਖਦਿਆਂ ਦੁਕਾਨਦਾਰ ਨੂੰ ਪੁੱਛਿਆ ਸੀ ਇਹ ਕਿਹਦੀ ਤਸਵੀਰ ਹੈ ਖਾਲਸਾ ਜੀ ਉਹਨੂੰ ਸਿਰ ਤੋਂ ਪੈਰਾਂ ਤੀਕ ਵੇਖਦਿਆਂ ਦੁਕਾਨਦਾਰ ਝੱਟ ਬੋਲਿਆ ਜੀ ਵਾਹ ਜੀ ਵਾਹ ਜੇ ਤੁਹਾਨੂੰ ਪਤਾ ਨਹੀਂ ਜੇ ਹੋਰ ਕਿਸੇ ਨੂੰ ਹੋਣਾ ਹੈ ਇਹ ਬਾਬੇ ਨਾਨਕ ਦੀ ਤਸਵੀਰ ਜੀ ਐਵੇਂ ਤਾਂ ਨਹੀਂ ਕਿਰਤ ਕਰਨ ਦਾ ਉਪਦੇਸ਼ ਦਿੱਤਾ ਖਾਲਸਾ ਜੀ ਬੜੀ ਪਸੰਦ ਕੀਤੀ ਜੇ ਤਸਵੀਰ ਲੋਕਾਂ ਬਸ ਹੇਕ ਹੀ ਬਚਦੀ ਏ ਤੁਸੀਂ ਤਾਂ ਆਪ ਪਵਾਉਣ ਵਾਲੇ ਹੋ ਲੱਗੇ ਰੇਟੇ ਲਾ ਦੇਾਂਗਾ ਤੇ ਉਹਨੂੰ ਤਸਵੀਰ ਬੇहद ਪਸੰਦ ਆਈ ਸੀ ਤਸਵੀਰ ਵਾਲ ਮੂੰਹ ਕਰਦੇ ਆ ਜਦੋਂ ਉਹਨੇ ਸੌਂ ਖਾਧੀ ਸੀ ਤਾਂ ਦੋਵੇਂ ਬਾਹਾਂ ਨੂੰ ਵੀ ਹਿਲਾਇਆ ਸੀ ਸ਼ਾਇਦ ਉਹ ਦੋਵੇਂ ਹੱਥ ਵੀ ਜੋੜਨੇ ਚਾਹੁੰਦਾ ਸੀ ਹਾਏ ਓਏ ਰੱਬਾ ਮੇਰਿਆ ਬੌੜੀ ਓਏ ਲੋੜਾ ਸਾਈ ਦਾ ਘਰ ਵਾਲੇ ਵੀ ਮੈਨੂੰ ਅਤਵਾਦੀ ਸਮਝੀ ਜਾਂਦੇ ਆ ਬਾਈ ਜੀ ਤੂੰ ਤਾਂ ਸਿਆਣਾ ਹੈ ਇਹਨਾਂ ਨੂੰ ਆਖ ਮੰਡੀ ਚ ਗੇੜਾ ਮਾਰਨ ਥੋੜੇ ਚੋਰ ਚੱਕੇ ਫਿਰਦੇ ਆ ਉੱਥੇ ਉਹਦੀ ਗੱਲ ਸੁਣ ਸਾਰੇ ਜਾਣੇ ਬਾਈ ਜੀ ਦੇ ਮੂੰਹ ਹਲ ਵੇਖਣ ਲੱਗੇ ਜਿਵੇਂ ਕਿਸੇ ਫੈਸਲੇ ਦੀ ਉਡੀਕ 'ਚ ਹੋਣ ਸੱਜਣ ਸਿੰਘ ਸਮਝ ਗਿਆ ਸੀ ਕਿ ਉਹਦੀ ਹਾਲਤ ਅਜੀ ਇੰਨੀ ਨਹੀਂ ਸੀ ਵਿਗੜੀ ਕਿ ਕਿਸੇ ਨੂੰ ਪਛਾਣੀ ਪਛਾਣਦਾ ਹੀ ਨਾ ਹੋਵੇ ਹੋਰ ਨੇੜੇ ਹੋ ਸੱਜਣ ਸਿੰਘ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਮੋਢੇ ਤੇ ਹੱਥ ਟਿਕਦਿਆਂ ਹੀ ਪੰਜਾਬ ਸਿੰਘ ਨੇ ਨੀਵੀਂ ਪਾ ਲਈ ਸੀ ਜਿਵੇਂ ਕੋਈ ਸਕੂਨ ਜਿਹਾ ਮਿਲ ਗਿਆ ਹੋਵੇ ਜਿਵੇਂ ਤੱਪ ਦੀ ਰੇਤ ਤੇ ਕਿਸੇ ਨੇ ਪਾਣੀ ਦੇ ਛਿੱਟੇ ਮਾਰਤੇ ਹੋਣ ਕੀ ਕਹਿੰਦਾ ਭਾਈ ਇਹ ਕਿਸੇ ਨੂੰ ਕਿਉਂ ਨੂੜਿਆ ਇਹਨੂੰ ਖੋਲੋ ਇਹ ਕੋਈ ਹਲਕਿਆ ਹੋਇਆ ਵੀ ਖਾਜੋ ਕਿਧਰੇ ਨਹੀਂ ਪਜਦਾ ਹੁਣ ਖੋਲੋ 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 ਆਖ ਸੱਜਣ ਸਿੰਘ ਆਪ ਹੀ ਬਾਹਾਂ ਨੂੰ ਖੋਲਣ ਲੱਗ ਪਿਆ ਸੀ ਫਿਰ ਉਹਨਾਂ ਚੋਂ ਦੋ ਜਣੇ ਹਨ ਮੰਨੇ ਜੇ ਮਨ ਨਾਲ ਉਹਦੀ ਮਦਦ ਕਰਨ ਲੱਗੇ ਸੀ ਅੱਛਾ ਲੈ ਚੁੱਪ ਕਰ ਜਾ ਹੁਣ ਸੱਜਣ ਸਿੰਘ ਨੇ ਉਹਦੀ ਪਿੱਠ ਥਾਪੜਦੇ ਹੋਏ ਕਿਹਾ ਸੀ ਤੇ ਉਹਦੇ ਕੋਲੇ ਮੰਜੇ ਤੇ ਬੈਠ ਗਿਆ ਸੀ ਬਾਹਾਂ ਖੋਲਣ ਤੋਂ ਬਾਅਦ ਉਹ ਇੱਕ ਟੱਕ ਸੱਜਣ ਸਿੰਘ ਵੱਲ ਵੇਖਣ ਲੱਗਿਆ ਸੀ ਦੇਖਦਿਆਂ ਦੇਖਦਿਆਂ ਜਟੂਰੀਆਂ ਇਕੱਠੀਆਂ ਕਰਨ ਲੱਗਿਆ ਫਿਰ ਪਰਨੇ ਨੂੰ ਸਿਰ ਤੇ ਲਪੇਟਣ ਲੱਗਿਆ ਸੀ ਪਰਨਾ ਜੇ ਪੂਰਾ ਸਿਰ ਤੇ ਨਹੀਂ ਸੀ ਲਪੇਟਿਆ ਕਿ ਲਾੜੋਂ ਨੇ ਅੱਧ ਵਿੱਚ ਕਾਰੇ ਛੜਤਾ ਜਿਵੇਂ ਅਚਨ ਚੇਤੇ ਕੋਈ ਗੱਲ ਉਹਦੇ ਮਨ 'ਚ ਆ ਗਈ ਹੋਵੇ ਫਿਰ ਜਿਵੇਂ ਉਹਦੇ ਅੰਦਰੋਂ ਕੋਈ ਉਬਾਲ ਉੱਠਿਆ ਹੋਵੇ ਇਸ ਲਾਵੇ ਨੂੰ ਸ਼ਾਇਦ ਉਹ ਸੰਭਾਲ ਨਹੀਂ ਸੀ ਸਕਿਆ ਸੱਜਣ ਸਿੰਘ ਦੀ ਬੁੱਕਲ 'ਚ ਸਿਰ ਰੱਖ ਕੇ ਉੱਚੀ-ਉੱਚੀ ਰੋਂਣ ਲੱਗ ਗਿਆ ਸੀ ਰੋਂਦਾ ਰੋਂਦਾ ਮੂੰਹ ਕੁਝ ਬੋਲ ਵੀ ਰਿਹਾ ਸੀ ਪਰੰਤੂ ਉਹਦੇ ਮੁੱਖੋਂ ਆਖੀ ਗੱਲ ਕਿਸੇ ਦੇ ਸਮਝ 'ਚ ਨਹੀਂ ਸੀ ਆ ਰਹੀ ਜਾਂ ਸ਼ਾਇਦ ਕੋਈ ਉਹਨੂੰ ਸਮਝਣਾ ਵੀ ਨਹੀਂ ਸੀ ਚਾਹੁੰਦਾ ਕਿੰਨਾ ਚਿਰ ਉਸੇ ਤਰ੍ਹਾਂ ਕਦੀ ਉੱਚੀ ਕਦੀ ਹੌਲੀ ਰੋਂਦਾ ਰਿਹਾ ਸੀ ਪਰਿਵਾਰ ਵਾਲਿਆਂ ਨੇ ਕਹਿ ਸੱਜਣ ਸਿੰਘ ਨੇ ਉਹਦੇ ਹੱਥ-ਮੂੰਹ ਧਵਾ ਕੇ ਨਵੇਂ ਕੱਪੜੇ ਬਦਲائے ਸਨ ਸੂਰਜ ਪੱਛਮ ਦੀ ਬੁੱਕਲ 'ਚ ਸੌਣ ਲੱਗਿਆ ਸੀ ਕੁੱਤਾ ਚੁੱਪ ਕਰਕੇ ਵਿਹੜੇ ਚ ਆ ਕੇ ਬੈਠ ਗਿਆ ਸੀ। ਕੁਝ ਉਪਰੀਆਂ ਉਪਰੀਆਂ ਗੱਲਾਂ ਤੋਂ ਪਿਛਲੇ ਤੋਂ ਪਿਛਲੇ ਸਾਲ ਵੀ ਕਰਨ ਲੱਗਿਆ ਸੀ। ਉਹਨਾਂ ਦਿਨਾਂ 'ਚ ਵੀ ਮੰਡੀ 'ਚ ਹੀ ਬੈਠਾ ਸੀ। ਮੰਡੀ ਦੇ ਕੋਲ ਹੀ ਧਾਰਮਿਕ ਦੀਵਾਨ ਸਜੇ ਹੋਏ ਸਨ। ਭੋਗ ਉਪਰੰਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਭਾਸ਼ਣ ਵੀ ਉਹਨੇ ਸੁਣੇ ਸਨ। ਦੇਖਣ ਵਾਲਿਆਂ ਨੇ ਦੱਸਿਆ ਸੀ ਵੀ ਉੱਥੋਂ ਹੀ ਹੋਰ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗਿਆ ਸੀ। ਉਧੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਵੇਖ ਪੁਲਿਸ ਵਾਲਿਆਂ ਨੇ ਉਹਨੂੰ ਪੰਡਾਲ ਚੋਂ ਧੱਕ ਕੇ ਬਾਹਰ ਕੱਢਤਾ ਸੀ ਪੰਡਾਲ ਚੋਂ ਬਾਹਰ ਨਿਕਲਣਸਾਰੀ ਉਹ ਡਰਿਆ ਡਰਿਆ ਵਤਵਾ ਬੋਲਦਾ ਘਰੋਂ ਭੱਜ ਤੁਰਿਆ ਸੀ ਪਰੰਤੂ ਉਦੋਂ ਸਮੇਂ ਸਿਰ ਗੌਰ ਹੋ ਗਈ ਸੀ ਹਾਲਤ ਵਿਗੜਨ ਤੋਂ ਪਹਿਲਾਂ ਹੀ ਸੰਭਾਲ ਹੋ ਗਈ ਸੀ ਪਰ ਇਸ ਵਾਰ ਕੁਝ ਜ਼ਿਆਦਾ ਹੀ ਭੜਕ ਪਿਆ ਸੀ ਘਰਦਿਆਂ ਵੱਲੋਂ ਤਾਂ ਭਾਵੇਂ ਹਰ ਵਕਤ ਹੀ ਉਹਨੂੰ ਕਬੀਲਦਾਰੀ ਦੇ ਝੰਡਤਾਂ ਤੋਂ ਪਰਾਂ ਰੱਖਣ ਦੀ ਕੋਸ਼ਿਸ਼ ਹੁੰਦੀ ਸੀ ਪਰੰਤੂ ਫੇਰ ਵੀ ਕਦੇ-ਕਦਾਈਂ ਤਾਂ ਵੇਸਲਾਪਨ ਹੋ ਜਾਂਦਾ ਸੀ ਤੇ ਉਹ ਚਿੰਤਾਵਾਂ ਦੀਆਂ ਤੰਦਾਂ ਤੰਦਾਂ 'ਚ ਉਲਝੀ ਜਾਂਦਾ ਸੀ ਬਹੁਤਾ ਬੋਲਣ ਦੀ ਆਦਤ ਤਾਂ ਭਾਵੇਂ ਉਹਨੂੰ ਮੁੱਢ ਤੋਂ ਹੀ ਸੀ ਪਰ ਜਦੋਂ ਦਾ ਪਹਿਲੀ ਵਾਰ ਬਿਮਾਰ ਹੋਇਆ ਸੀ ਉਹਦੇ ਸੁਭਾਅ 'ਚ ਹੋਰ ਵੀ ਅੰਤਰ ਆ ਗਿਆ ਸੀ ਉਹ ਛੇਤੀ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਕਿਸੇ ਨਾਲ ਬਹਿਸ ਦਾ ਬਹਿਸ ਦਾ ਹੱਥੋਂ ਪਾਈ ਤੇ ਇੱਕ ਪਹੁੰਚ ਜਾਂਦਾ ਇੱਕ ਵਾਰ ਸਾਥ 'ਚ ਬੈਠੇ ਹਨ ਜੇਲ੍ਹਦਾਰਾਂ ਦੇ ਬੁੜੇ ਨੇ ਉਹਨੂੰ ਪੰਜੂ ਆਖਤਾ ਉਹ ਅੱਗ ਦੇ ਭੁੱਖੇ ਵਾਂਗੂ ਭੜਕ ਪਿਆ ਬਾਬਾ ਤੂੰ ਤਾਂ ਸਿਆਣਾ ਬਿਆਣਾ ਏ ਪੰਜੂ ਕੀ ਹੁੰਦਾ ਮੇਰੇ ਮਾਪਿਆਂ ਨੇ ਵੀ ਮੇਰਾ ਕੋਈ ਨਾਂ ਰੱਖਿਆ ਹੋਊ ਚਲੋ ਮੰਨਦੇ ਆਂ ਵੀ ਅੱਗੋਂ ਪਿੱਛੋਂ ਕੋਈ ਕੁਝ ਭੌਂਕੀ ਜਾਏ ਤੂੰ ਤਾਂ ਮੂੰਹ ਤੇ ਹੀ ਉਹ ਚੱਲ ਕੋਈ ਨਾਂ ਨਿਕਲ ਗਿਆ ਸੁਭਾਈ ਕੀ ਮੂੰਹ ਚ ਕੋਲ ਖੜਾ ਸੱਜਣ ਸਿੰਘ ਦੋਵਾਂ ਨੂੰ ਟਕਾਉਣ ਲੱਗਿਆ ਸੀ ਨਹੀਂ ਜੀ ਨਿਕਲ ਤਾਂ ਮੇਰੇ ਮੂੰਹ ਚੋਂ ਨਾ ਕੁਝ ਹੋਰ ਗਿਆ ਉਹ ਲੈ ਲੋਕਾਂ ਦੀ ਸੁਣ ਲੈ ਭਾਈ ਕਿਹਦੇ ਕਿਹਦੇ ਨਾਲ ਲੜੀਏ ਸੱਜਣ ਸਿੰਘ ਨੂੰ ਠੰਡਾ ਕਰਨ ਲਈ ਆਪਣੇ ਪਰਿਵਾਰ ਦੀ ਕਹਾਣੀ ਸੁਣਾਉਣ ਲੱਗਿਆ ਸੀ ਮੈਨੂੰ ਪਤਾ ਸਾਨੂੰ ਵੱਡ ਖਾਣਿਆਂ ਦਾ ਲਾਣਾ ਆਖਦੇ ਆ ਮੈਨੂੰ ਕੋਈ ਪੁੱਛ ਬੈਠਾ ਬਈ ਤੁਹਾਨੂੰ ਵੱਢ ਖਾਣੇ ਕਿਉਂ ਆਖਦੇ ਐ ਮੈਂ ਕਿਹਾ ਸ਼ੁਕਰ ਹੈ ਭਾਈ ਵੱਢ ਖਾਣੇ ਆਖਦੇ ਐ ਜੇ ਭਲਾ ਹੱਡ ਖਾਣੇ ਆਖਣ ਲੱਗੇ ਫੇਰ ਕੀ ਪੂਝ ਫੜ ਲਾਂਗੇ ਲੋਕਾਂ ਦੀ ਕੀ ਐ ਪੰਜਾਬ ਸਿਆਂ ਛੱਡ ਦੇ ਨਾ ਗੱਲਾਂ ਕਿਸੇ ਤੋਂ ਕੁਛ ਕਹਾ ਲਓ ਇੱਕ ਸੇਰੇ ਨਹੀਂ ਬੰਨਦੇ ਹੋਰ ਕੌਣ ਕਸਰ ਬਾਕੀ ਛੱਡਦਾ ਆਖਦਾ ਸੱਜਣ ਸਿੰਘ ਪੰਜਾਬ ਸਿਆਂ ਨੂੰ ਕੱਠ ਤੋਂ ਦੂਰ ਲੈ ਗਿਆ ਸੀ ਆਪਣੀ ਗੱਲ ਸੁਣਾ ਕੇ ਇੱਕ ਤਰ੍ਹਾਂ ਉਹਨੇ ਉਹਦੇ ਪੱਖ ਦੀ ਗੱਲ ਵੀ ਕਰਤੀ ਸੀ ਕਈ ਵਾਰ ਹੁਣ ਤਾਂ ਪੰਜਾਬ ਸਿੰਘ ਆਪ ਮੁਹarre ਗੱਲਾਂ ਕਰਨ ਲੱਗ ਜਾਂਦਾ ਜਦ ਕਿਸੇ ਦੀ ਪੈੜਚਾਲ ਸੁਣਦਾ ਝਟ ਸੰਭਲ ਵੀ ਜਾਂਦਾ ਹੁਣ ਤਾਂ ਜਿਵੇਂ ਸਾਰਾ ਕੁਝ ਉਹਦੀ ਆਦਤ ਜੀ ਬਣ ਗਈ ਸੀ ਪਰਿਵਾਰ ਦੇ ਮੈਂਬਰਾਂ ਤੇ ਜਾਣ ਪਛਾਣ ਵਾਲੇ ਨੂੰ ਉਹਦਾ ਇਸ ਤਰ੍ਹਾਂ ਕਰਨਾ ਕੁਝ ਵੀ ਉਪਰਾ ਨਹੀਂ ਸੀ ਲੱਗਦਾ ਝੋਨੇ ਦੀ ਪਹਿਲੀ ਟਰਾਲੀ ਭਰੀ ਜਦੋਂ ਮੰਡੀ ਚ ਆਇਆ ਸੀ ਤਾਂ ਕੋਈ ਕੋਈ ਧੇਰੀ ਨਜ਼ਰੀ ਪਈ ਸੀ ਪਿਰਚ ਗੇੜਾ ਕੱਢਦੇ ਹੋ ਆਪਣੇ ਆਪ ਨੂੰ ਧਰਤੀ ਤੋਂ ਗੇਠ ਉੱਚਾ ਹੋਇਆ ਮਹਿਸੂਸ ਕਰ ਰਿਹਾ ਸੀ ਉਹਨੂੰ ਉਮੀਦ ਸੀ ਪਿਛਲੇ ਸਾਲ ਵਾਲੀ ਖੱਜਲ ਖਵਾਰੀ ਨਹੀਂ ਹੋਏਗੀ ਤੇ ਉਹ ਜਲਦੀ ਮੰਡੀ ਨੂੰ અલਵਿਦਾ ਕਰ ਨੂੰ ਤੁਰ ਜਾਏਗਾ ਟਰਾਲੀ ਲੈੰਦਿਆਂ ਲੈੰਦਿਆਂ ਆੜਤੀਆ ਵੀ ਆ ਗਿਆ ਸੀ ਮਰੂਤੀ ਕਾਰ ਦੀ ਪਿਛਲੀ ਸੀਟ ਤੋਂ ਉਤਰ ਧਰਤੀ ਤੇ ਪੈਰ ਰੱਖਦੇ ਉਹਨੇ ਢੇਰੀ ਵਾਲੇ ਇੱਕ ਪਰਖੂ ਜੀ ਨਜ਼ਰ ਸੁਟੀ ਸੀ ਦੋਵੇਂ ਹੱਥ ਜੋੜ ਸਤਕਾਰ ਕਰਦੇ ਆ ਪੰਜਾਬ ਸਿਓ ਟਿਕਟਕੀ ਲਾਈ ਉਹਦੇ ਚਿਹਰੇ ਤੇ ਪੜਨ ਲੱਗਿਆ ਉਹਦੇ ਚਿਹਰੇ ਦੇ ਬਦਲਦੇ ਹਾਵਾਂ ਭਾਵਾਂ ਨੂੰ ਬੜੇ ਗੌਰ ਨਾਲ ਤੱਕ ਰਿਹਾ ਜੀਵ ਜਿਉ ਆੜਤੀਆ ਢੇਰੀ ਦੇ ਨਜ਼ਦੀਕ ਆ ਰਿਹਾ ਸੀ ਉਹ ਵੀ ਸ਼ਾਂਤ ਚਿੱਤ ਪਿੱਛੇ ਪਿੱਛੇ ਪੋਲੇ ਪੈਰੀਂ ਧੁਰ ਰਿਹਾ ਸੀ ਜਿਵੇਂ ਕਿਸੇ ਅਦਾਲਤੀ ਫੈਸਲੇ ਦੀ ਸੁਣਵਾਈ ਨੂੰ ਡੀਕ ਰਿਹਾ ਹੋਵੇ ਪਿੜਚ ਡਿੱਗਦੇ ਦਾਣਿਆਂ ਚੋਂ ਉੱਡਦੀ ਗਰਦ ਤੋਂ ਪਾਸਾ ਵੱਟਦੇ ਆ ਆੜਤੀਆ ਜਰਕ ਪਿੱਛੇ ਨੂੰ ਹਟਿਆ ਸੀ ਤੇ ਨੱਕ ਤੇ ਰੁਮਾਲ ਰੱਖ ਰਿਹਾ ਸੀ ਫਿਰ ਸਿਰ ਮਾਰ ਨੱਕ ਚੜਦਿਆਂ ਹੌਲੀ ਜੀ ਬੋਲਿਆ ਹੂੰ ਤਾਂ ਠੀਕ ਐ ਕੀ ਆਂਦੇ ਨੇ ਪੂਰੀ ਸੁਕਾ ਕੇ ਨਹੀਂ ਲਿਆਂਦੇ ਹੁਣ ਇੱਥੇ ਬੈਠੇ ਦਿਨ ਗਿਣੀ ਜਾਈਓ ਕੀ ਆਂਦੇ ਨੇ ਕਿੰਨਾ ਕਿਹਾ ਸੀ ਆਪਣੇ ਕਾਕੇ ਨੂੰ ਵੀ ਸੁਕਾ ਕੇ ਲਿਆਈਓ ਚਲੋ ਆਖੂ ਵਾਪਸ ਧਾਰਵਲ ਪਰ ਤਣ ਲੱਗਿਆ ਸੀ ਮਹਾਰਾਜ ਜਰਨ ਨੇੜੇ ਹੋ ਕੇ ਤਾਂ ਦੇਖੋ ਮੈਂ ਤਾਂ 10 ਦਿਨ ਚੜਾ ਕੇ ਵੱਢੀ ਐ ਐਵੇਂ ਨਹੀਂ ਆਖਦਾ ਸੋਮਾ ਰਾਜ ਦੀ ਪੰਜਾਬ ਸਿਉ ਨੇ ਇੱਕ ਤਰਲਾ ਜਿਆ ਲੈਂਦੇ ਆ ਇਉਂ ਆਖਿਆ ਸੀ ਜਿਵੇਂ ਬਿਨਾ ਪੱਖ ਜਾਣਿਆ ਹੀ ਉਸ ਨਾਲ ਬੇਇਨਸਾਫੀ ਹੋਣ ਲੱਗੀ ਹੋਵੇ ਲਓ ਸਰਦਾਰ ਜੀ ਨੀੜੀ ਹੁਕੀ ਦੇਖ ਲੈਨੇ ਕੀ ਆਂਦੇ ਨੇ ਗੱਲ ਸੁਣੋ ਇੱਕਦਮ ਵਾਪਸ ਆ ਗਿਆ ਸੀ ਸਰਦਾਰ ਬਹਾਦਰ ਜੀ RAM ਤੇਰਾ ਪਲਾ ਕਰੇ ਤੇਰੇ ਨਾਲੋਂ ਤਾਂ ਵੱਧ ਫਿਕਰ ਹੁਣ ਮੈਨੂੰ ਐ ਭਾਈ ਹੁਣ ਜਾਦੇ ਮੰਡੀ ਚ ਆ ਗਈ ਇਹ ਫਸਲ ਹੁਣ ਤੇਰੀ ਨਹੀਂ ਮੇਰੀ ਐ ਕੀ ਆਂਦੇ ਨੇ ਆਖਦਾ ਉਹ ਢੇਰੀ ਤੋਂ ਹੋਰ ਨਜ਼ਦੀਕ ਹੋਇਆ ਸੀ ਤੇ ਫੇਰ ਢੇਰੀ ਚੋਂ ਇੱਕ ਮੁੱਠ ਭਰ ਕਦੇ ਇੱਕ ਹੱਥ ਉੱਤੇ ਕਦੇ ਦੂਜੇ ਹੱਥ ਤੇ ਦਾਣਿਆਂ ਨੂੰ ਬਾਰ-ਬਾਰ ਪਲਟਣ ਲੱਗਿਆ ਸੀ ਆਰਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਢੇਰੀ ਨੂੰ ਇਸ ਤਰ੍ਹਾਂ ਇੱਕਦਮ ਨਕਾਰ ਕੇ ਜਾਣ ਵਾਲੀ ਗਲਤੀ ਉਹਨੂੰ ਛੱਟ ਮਹਿਸੂਸ ਹੋ ਗਈ ਸੀ ਵਾਹ ਬੇਵਾਹ ਚਿਹਰੇ ਤੇ ਖੁਸ਼ੀ ਦੀ ਇੱਕ ਰੰਗਤ ਲਿਆ ਉਹਨੇ ਪੰਜਾਬਸੀਆਂ ਦਾ ਹਮਾਂ ਰੱਖਣ ਦਾ ਯਤਨ ਜਿਆ ਕੀਤਾ ਸੀ ਝੋਨੇ ਦਾ ਕੀ ਅੰਤ ਹੈ ਮੋਤੀਆਂ ਅਰਗ ਹੈ ਕੀ ਜਾਂਦੇ ਐ ਹੈ ਕੋਈ ਮਾੜਾ ਮੋਟਾ ਦਾਣਾ ਸਲਾਬਾ ਜਿਆ ਤੇਰਾ ਕੀ ਇਕੱਲੇ ਦੇ ਸਾਰੇ ਇਹੀ ਹਾਲ ਹੈ ਹੁਣ ਇਉਂ ਕਰਿਓ ਢੇਰੀ ਇਕੱਠੀ ਕਰਕੇ ਨਾ ਰੱਖਿਓ ਖਿੰਡਾ ਦਿਓ ਬੋਲੀ ਤਾਂ ਸੌਰੀ ਦਾ ਕੀ ਪਤਾ ਉਨ ਕੀ ਆਂਦੇ ਨੇ 8-10 ਦਿਨ ਤਾਂ ਲੱਗ ਹੀ ਸਕਦੇ ਨੇ ਨਸੀਅਤਕਾਰ ਉਹ ਕਾਲੇ ਕਦਮੀ ਕਾਰ ਦੀ ਪਿਛਲੀ ਸੀਟ 'ਚ ਜਾ ਫਸਿਆ ਸੀ ਧੂੜ ਉਡਾਉਂਦੀ ਕਾਰ ਪੰਜਾਬ ਸੌਦੀਆਂ ਨਜ਼ਰਾਂ ਤੋਂ ਓਝਲ ਹੋ ਗਈ ਸੀ ਇਸ ਧੂੜ 'ਚ ਉਹਨੂੰ ਆਪਣਾ ਕਿੰਨਾ ਹੀ ਕੁਝ ਗਵਾਚਦਾ ਨਜ਼ਰ ਆਇਆ ਸੀ ਆੜਤੀਏ ਦੀ ਆਖੀ ਗੱਲ ਉੱਤੇ ਜਿਵੇਂ ਉਹਨੂੰ ਤਸੱਲੀ ਨਹੀਂ ਸੀ ਹੋਈ ਉਹਨੇ ਆਪ ਢੇਰੀ ਕੋਲ ਜਾ ਦਾਣਿਆਂ ਦੀ ਮੁੱਠ ਭਰੀ ਸੀ ਪਰ ਉਹਨੂੰ ਤਾਂ ਕੋਈ ਦਾਣਾ ਵੀ ਸਲਾਬਾ ਨਹੀਂ ਸੀ ਲੱਗਿਆ ਪਰੀ ਭਰਾਈ ਮੁੱਠ ਲਈ ਓਵੇਂ ਜਿਵੇਂ ਕਿਕਰ ਹੇਟ ਪਈ ਮੰਜੀ ਤੇ ਜਾ ਡਿੱਗਿਆ ਸੀ ਕਿਦ ਰਣੀ ਮਰਦਾ ਮੈਂ ਥੋੜੇ ਭਾ ਦੀ ਖੁਦਕਸ਼ੀ ਕਰ ਲਵਾਂ ਇੰਨਾ ਗਿਆ ਗੁਜ਼ਰਿਆ ਨਹੀਂ ਮੈਂ ਕੁਛ ਦਿਨ ਚੁੱਪ ਰਹਿਣ ਤੋਂ ਬਾਅਦ ਪੱਠੀ 'ਚ ਪਏ ਦਾਣੇ ਵਾਂਗ ਫੇਰ ਟੜਕਿਆ ਸੀ ਚੰਗਾ ਚੁੱਪ ਕਰ ਜਾ ਪੈ ਜਾ ਹੁਣ ਮੰਜੇ ਤੇ ਸੱਜਣ ਸਿੰਘ ਨੇ ਫੇਰ ਉਹਦੀ ਪਿੱਠ ਤੇ ਹੱਥ ਰੱਖਿਆ ਸੀ ਪਹਿਲਾਂ ਐਨ ਦੱਸੋ ਬੈਂਕ ਵਾਲੇ ਚਲੇ ਗਏ ਆਹੋ ਚਲੇ ਗਏ ਕਿਸੇ ਨੇ ਵਿੱਚੋਂ ਹੀ ਕਿਹਾ ਸੀ ਉੱਪਰ ਉੱਤਰਿਆ ਫਿਰ ਚਾਰੇ ਪਾਸੇ ਦੇਖਣ ਲੱਗਿਆ ਸੀ ਪੁਲਿਸ ਵਾਲੇ ਵੀ ਚਲੇ ਗਏ ਨਹੀਂ ਜਾਂਦੇ ਨਾ ਨਾ ਜਾਣ ਮੈਨੂੰ ਲਾ ਲੈਣ ਜਿਹੜੀ ਫਾਂਸੀ ਲਾਉਣੀ ਹੈ ਕਹਿ ਕੇ ਉਹ ਮੰਜੇ ਤੇ ਲੇਟ ਗਿਆ ਸੀ ਧੰਨਵਾਦ ਚਲਦਾ